ਅਤੇ ਬਾਕੀ ਜੋ ਬਟਨ ਜੇ ਹੁੰਦੇ ਆ ਬੈਕ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ, ਉਹ ਵੀ ਇਹਦੇ ਹੈਗੇ ਹੈਗੇ। ਅਤੇ ਥੋੜ੍ਹਾ ਇਹਨੇ ਬੈਕ ਨੂੰ ਬਹੁਤ ਚੰਗਾ ਕੱਢਣਾ ਹੈਗਾ, ਕਿਉਂਕਿ ਜਿਹੜੇ ਬਟਨ ਜੇ ਹੈਗੇ ਉਹ ਨਿਸ਼ਾਨੀ ਹੁੰਦੀ ਆ ਵੀ ਬੈਕ ਸਾਈਡ ਨੂੰ ਲੇਵਾ ਵੀ ਚੰਗਾ ਕੱਢੂਗੀ ਅਤੇ ਦੁੱਧ ਵਾਲੇ ਪਸ਼ੂ ਦੀ ਵੀ ਨਿਸ਼ਾਨੀ ਹੁੰਦੀ ਹੈਗੀ। ਬਾਕੀ ਆਰਡਰ ਵੀ ਬਹੁਤ ਚੰਗਾ, ਇਹਨੇ ਤਿਆਰੀ ਫੜੀ ਵੀ ਹੈਗੀ। ਥਾਣਾ 'ਚ ਵਿੱਥੀ ਆ ਜਿਹੜੀ ਉਹ ਵੀ ਬਹੁਤ ਵਧੀਆ ਹੈਗੀ, ਅਤੇ ਸਿੰਗਾਂ ਸੁੰਗਾਂ ਆਨੀਆਂ ਵੀ ਐਨ ਜਮ੍ਹਾਂ ਕੋਈ ਕਮੀ ਨਹੀਂ ਹੈਗੀ ਗੀ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ। ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਆਪਾਂ, ਪਿੰਡ ਗੌਂਸਪੁਰਾ, ਤਹਿਸੀਲ ਰਾਮਪੁਰਾ ਫੂਲ ਅਤੇ ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਅਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗੀ। ਦੂਜੇ ਸੂਏ ਇਹਨੇ ਸੂਣਾ ਗਾ, ਤਕਰੀਬਨ ਹਫ਼ਤੇ ਵਾਂਗੂ ਇਹਦਾ ਪਿਆ ਗਾ, 6 ਦਿਨ ਹੋਣਗੇ ਪਏ। ਬਾਕੀ ਸਾਰੀ ਆਪਾਂ ਬਾਈ ਨਾਲ ਗੱਲਬਾਤ ਕਰਾਵਾਂਗੇ, ਡਿਟੇਲ ਲੈ ਕੇ ਦੇਵਾਂਗੇ, ਅਤੇ ਜੋ ਮੁੱਲ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ, ਜਾਇਜ਼ ਮੁੱਲ ਹੋਊਗਾ। ਅਤੇ ਝੋਟੀ ਸੋਹਣੀ ਹੈਗੀ, ਅਤੇ ਜਿਹਨੂੰ ਵੀ ਪਸੰਦ ਆਉਂਦੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ, ਅਤੇ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਸਾਰੇ ਪੱਖਾਂ ਤੋਂ, ਅਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ। ਅਤੇ ਝੋਟੀ ਦਰਮਿਆਨੇ ਕੱਦ ਦੇ ਵਿੱਚ ਆ, ਨਾ ਜ਼ਿਆਦਾ ਵੱਡਾ ਕੱਦ ਆ ਅਤੇ ਨਾ ਹੀ ਜ਼ਿਆਦਾ ਛੋਟਾ ਹੈਗਾ, ਅਤੇ ਬਾਕੀ ਹੈ ਝੋਟੀ ਸੋਹਣੀ ਆ, ਅਤੇ ਬਾਕੀ ਹੈ ਵੀ ਦੁੱਧ ਵਾਲੀ ਹੈਗੀ। ਅਤੇ ਆਪਾਂ ਤੁਹਾਨੂੰ ਫੇਸ ਕੁਆਲਿਟੀ ਦਿਖਾ ਦਿੰਦੇ ਹਾਂ, ਫੇਸ ਕੁਆਲਿਟੀ ਦੇਖ ਸਕਦੇ ਹੋ, ਸਿੰਗ ਐਨ ਜਮ੍ਹਾਂ ਕੁੰਡੇ ਹੈਗੇ, ਦੇਖ ਸਕਦੇ ਹੋ ਤੁਸੀਂ ਦੋਵੇਂ ਇੱਕੋ ਜਿਹਾ ਸਿੰਗ ਆ ਜਮ੍ਹਾਂ। ਅਤੇ ਬਾਕੀ ਬਾਡੀ ਬਣਤਰ ਦੀ ਵੀ ਬਹੁਤ ਚੰਗੀ ਆ, ਚੰਗੀ ਸਮਝ ਵਾਲੀ ਆ, ਕੋਈ ਲੱਸੀ ਨਹੀਂ ਕਿਸੇ ਪਾਸਿਓ ਹੈਗੀ। ਅਤੇ ਬਾਕੀ ਥਾਣਾ ਦੇ ਵਿੱਚ ਵਿੱਥੀ ਬਹੁਤ ਵਧੀਆ ਹੈਗੀ। ਦੂਜਾ ਸੂਆ ਇਹਨੇ ਇਸ ਵਾਰ ਸੂਣਾ ਗਾ, ਮੂਹਰਿਓਂ ਤੁਸੀਂ ਦੇਖ ਸਕਦੇ ਹੋ, ਥਾਣਾ ਦਾ ਸਾਈਜ਼ ਆ ਜਿਹੜਾ ਉਹ ਵੀ ਬਹੁਤ ਵਧੀਆ, ਅਤੇ ਇੱਕੋ ਜਿਹਾ ਥਾਣਾ ਜਾ ਰਹੇ, ਅਤੇ ਥਾਣਾ ਦੇ ਵਿੱਚ ਵਿੱਥੀ ਬਹੁਤ ਜ਼ਿਆਦਾ ਵਧੀਆ ਹੈਗੀ। ਅਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ, ਅਤੇ ਤਿਆਰੀ ਚੰਗੀ ਫੜਦੀ ਆਉਂਦੀ ਹੈ, ਕਿਉਂਕਿ ਹਜੇ ਦਿਨ ਪਏ ਆ 6-7, ਅਤੇ ਮੈਂ ਦਾ ਵੀ ਇੰਨੇ ਦਿਨਾਂ 'ਚ ਪੂਰਾ ਵਧੀਆ ਇਹਨੇ ਆਰਡਰ ਤਿਆਰ ਕਰ ਲੈਣਾ ਗਾ। ਅਤੇ ਬਾਕੀ ਜੋ ਬਟਨ ਜੇ ਹੁੰਦੇ ਆ ਬੈਕ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ, ਉਹ ਵੀ ਇਹਦੇ ਹੈਗੇ ਹੈਗੇ। ਥੋੜ੍ਹਾ ਜਿਹਾ ਉੱਪਰੇ ਦਾ ਕਈ ਵਾਰੀ ਹੋ ਜਾਂਦਾ, ਪਸ਼ੂ ਡਰ ਜਾਂਦਾ ਗਾ, ਅਤੇ ਆਰਡਰ ਇਹਨੇ ਬੈਕ ਨੂੰ ਬਹੁਤ ਚੰਗਾ ਕੱਢਣਾ ਗਾ, ਕਿਉਂਕਿ ਜਿਹੜੇ ਬਟਨ ਜੇ ਹੈਗੇ ਉਹ ਨਿਸ਼ਾਨੀ ਹੁੰਦੀ ਆ ਵੀ ਬੈਕ ਸਾਈਡ ਨੂੰ ਲੇਵਾ ਵੀ ਚੰਗਾ ਕੱਢੂਗੀ ਅਤੇ ਦੁੱਧ ਵਾਲੇ ਪਸ਼ੂ ਦੀ ਵੀ ਨਿਸ਼ਾਨੀ ਹੁੰਦੀ ਹੈਗੀ। ਬਾਕੀ ਮੌਕੇ 'ਤੇ ਪਤਾ ਲੱਗੂ ਤਿਆਰੀ ਦਾ, ਅਤੇ ਉਮੀਦ ਇਹ ਤੋਂ ਪੂਰੀ ਵਧੀਆ ਹੈਗੀ। ਅਤੇ ਆ ਜਾਓ, ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ, ਅਤੇ ਬਾਈ ਨਾਲ ਸਾਰੀ ਆਪਾਂ ਗੱਲਬਾਤ ਕਰਾਉਂਦੇ ਹਾਂ, ਅਤੇ ਫਿਰ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ, ਅਤੇ ਇੱਕ ਵਾਰੀ ਤੁਸੀਂ ਦੁਬਾਰੇ ਦੇਖ ਸਕਦੇ ਹੋ। ਥਾਣ ਬਹੁਤ ਵਧੀਆ ਗੇ, ਵਿੱਥੀ ਵੀ ਬਹੁਤ ਵਧੀਆ, ਨਾੜਾਂ ਨੂੜਾਂ ਵੀ ਚੰਗੀਆਂ, ਅਤੇ ਆਹ ਤੁਸੀਂ ਬੈਕ ਸਾਈਡ ਨੂੰ ਦੇਖ ਸਕਦੇ ਹੋ ਬਟਨ ਦੋਵੇਂ, ਅਤੇ ਲੇਵਾ ਪਿੱਛੇ ਨੂੰ ਪੂਰਾ ਵਧੀਆ ਕੱਢੂਗੀ, ਤੁਹਾਨੂੰ ਦਿਸੀ ਜਾਂਦਾ ਹੋਣਾ ਬੈਕ ਸਾਈਡ ਤੋਂ, ਅਤੇ ਤਿਆਰੀ ਚੰਗੀ ਕਰੂਗੀ। ਅਤੇ ਆ ਜਾਓ, ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਹਾਂ, ਅਤੇ ਤੁਹਾਨੂੰ ਡਿਟੇਲ ਲੈ ਕੇ ਦਿੰਦੇ ਹਾਂ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਬਾਈ ਆਪਣਾ ਨਾਂ ਦੱਸ ਦਿਓ। ਨਾਮ ਚਮਕੌਰ ਸਿੰਘ ਜੀ। ਠੀਕ ਹੈ ਜੀ, ਅਤੇ ਆਪਣਾ ਐਡਰੈਸ ਦੱਸ ਦਿਓ ਇੱਕ ਵਾਰੀ, ਵੈਸੇ ਤਾਂ ਦੱਸਤਾ। ਪਿੰਡ ਗੌਂਸਪੁਰਾ ਜੀ। ਠੀਕ ਹੈ ਜੀ। ਜ਼ਿਲ੍ਹਾ ਬਠਿੰਡਾ, ਤਹਿਸੀਲ ਰਾਮਪੁਰਾ ਫੂਲ। ਅਤੇ ਆਪਣੇ ਆਸੇ ਪਾਸੇ ਪਿੰਡ ਕਿਹੜੇ ਪੈ ਜਾਂਦੇ ਆ? ਨੇੜੇ ਦਿਆਲਪੁਰਾ, ਭਾਈਕਾ, ਦੀਨਾ, ਕਾਂਗੜ, ਪੱਖਰਵਾਦ। ਠੀਕ ਹੈ, ਇਹ ਆਸੇ ਪਾਸੇ ਦੇ ਪਿੰਡ ਰਹਿ ਜਾਂਦੇ ਹੈਗੇ। ਠੀਕ ਹੈ, ਅਤੇ ਪਸ਼ੂ ਬਾਈ ਜਿਹੜਾ ਆਪਾਂ ਇਹ ਵੇਚਣ ਲੱਗੇ ਹਾਂ ਝੋਟੀ, ਹੈ ਨਾ, ਅਤੇ ਇਹਦੀ ਕੀ ਡਿਟੇਲ ਹੈਗੀ, ਕਿਹੜੇ ਸੂਏ ਸੁਣਾ ਇਹਨੇ? ਇਹ ਦੂਜਾ ਸੂਆ ਜੀ। ਠੀਕ ਹੈ, ਦੂਜੇ ਸੂਏ ਇਸ ਵਾਰ ਸੁਣਾ? ਹਾਂਜੀ ਹਾਂਜੀ। ਕਿੰਨੇ ਕੁ ਦਿਨ ਰਹਿੰਦੇ ਆ? ਕਹਿੰਦੇ 5 ਤਰੀਕ ਨੂੰ ਦਿਨ ਪੂਰੇ ਆ ਜੀ। 5 ਤਰੀਕ ਨੂੰ ਦਿਨ ਪੂਰੇ ਆ ਜੀ। ਹਾਂਜੀ। ਠੀਕ ਹੈ, ਅਤੇ ਮਤਲਬ ਕਿ 6 ਦਿਨ ਰਹਿੰਦੇ ਆ, ਹੈ ਨਾ? ਹਾਂਜੀ ਹਾਂਜੀ। ਅਤੇ ਬਾਕੀ ਕੋਈ ਉੱਪਰ ਨੀਚੇ ਵੀ ਹੋ ਸਕਦਾ ਮਾੜਾ ਮੋਟਾ, ਹੈ ਨਾ? ਹਾਂਜੀ, 1-2 ਦਿਨ ਵੱਧ ਵੀ ਕੱਟ ਸਕਦੀ ਹੈ, ਬਾਕੀ ਪੂਰਿਆਂ ਨੂੰ ਸੂ ਸਕਦੀ ਹੈ। ਠੀਕ ਆ, ਉਹ ਹਨ ਉਹ ਮਾਲਕ ਦੇ ਹੱਥ ਆ, ਹੈ ਨਾ? ਹਾਂਜੀ ਹਾਂਜੀ। ਠੀਕ ਆ, ਅਤੇ ਬਾਈ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਪਤਾ ਕਿਹੜਾ ਭਰਿਆ ਵਾ? ਹਾਂਜੀ, ਸਰਕਾਰੀ ਸੀਮਨ ਆ ਜੀ, ਪਰ ਸਟਰਾ ਨਹੀਂ ਸਾਂਭਿਆ। ਅੱਛਾ, ਚੰਗਾ ਟੀਕਾ ਲਗਾਇਆ। ਠੀਕ ਆ, ਟੀਕਾ ਚੰਗਾ ਲੱਗਿਆ ਵਾ, ਜਾਣੀ ਊਂ ਜਾਣੀ ਤੁਸੀਂ ਸਟਰਾ ਨਹੀਂ ਸਾਂਭਿਆ, ਹੈ ਨਾ?
ਠੀਕ ਆ। ਅਤੇ ਇਹ ਤੋਂ ਦੁੱਧ ਦੀ ਕਿੰਨੀ ਕਮੀਜ਼ ਹੈ ਇਸ ਵਾਰ ਬਾਈ? ਵੀਰੇ 14 ਕਿਲੋ ਦੁੱਧ ਦੇ ਦੂਗੀ। 14 ਕਿਲੋ ਦੁੱਧ ਦੇ ਦੂਗੀ? ਹਾਂਜੀ ਹਾਂਜੀ ਠੀਕ ਆ। ਇਹ ਬਟਨਾਲੀ ਆ, ਬਟਨਾਲੇ ਪਸ਼ੂ ਦਾ ਪਤਾ ਹੁੰਦਾ, ਦੁੱਧ ਵਧੀਆ ਕੱਢਦਾ। ਠੀਕ ਆ। ਹਾਂ ਉਹ ਨਿਸ਼ਾਨੀਆਂ ਤਾਂ ਚੰਗੀਆਂ ਸਾਰੀਆਂ ਹਨ। ਹਾਂਜੀ ਹਾਂਜੀ। ਅਤੇ ਬਾਕੀ ਇਹਨਾਂ ਤਾਂ ਕੱਢਣਾ ਹੀ ਚਾਹੀਦਾ ਹੈ ਨਾ? ਹਾਂਜੀ ਹਾਂਜੀ। ਅਤੇ ਬਾਕੀ ਸੇਵਾ ਸਿਰ 'ਤੇ ਵੀ ਹੁੰਦਾ ਹੈ ਨਾ? ਹਾਂਜੀ ਠੀਕ ਆ। ਅਤੇ ਆਪਾਂ ਮੁੱਲ ਕਿੰਨਾ ਰੱਖਿਆ ਇਹਦਾ? ਮੁੱਲ ਵੀਰੇ ਇਹਦੇ 1,35। ਮੁੱਲ 1,35,000? ਹਾਂਜੀ ਠੀਕ ਆ। ਅਤੇ ਦੋਸਤੋ ਮੁੱਲ ਵੀ ਤਕਰੀਬਨ ਜਾਇਜ਼ ਹੀ ਆ, ਕੋਈ ਜ਼ਿਆਦਾ ਨਹੀਂ ਕਰਿਆ ਗਾ, ਕਿਉਂਕਿ ਝੋਟੀ ਚੰਗੀ ਹੈਗੀ ਅਤੇ ਬਾਕੀ ਦੁੱਧ ਦੀ ਵੀ ਚੰਗੀ ਉਮੀਦ ਆ, ਅਤੇ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣੀ ਹੈਗੀ। ਖੋਲ੍ਹੀ ਬਾਈ ਇਹਨੂੰ ਇੱਕ ਵਾਰ, ਇਹਦਾ ਗੇੜਾ ਕਢਾ ਦੇਵੇ। ਲਓ ਵੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਤਕਰੀਬਨ ਲੈ ਕੇ ਦੇਤੀ ਹੈ ਸਾਰੀ, ਅਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਝੋਟੀ, ਝੋਟੀ ਚੰਗੀ ਹੈਗੀ, ਅਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਅਤੇ ਇੱਥੇ ਆ ਕੇ ਆਪਦੀ ਤਸੱਲੀ ਕਰਿਓ, ਤਸੱਲੀ ਕਰਕੇ ਖਰੀਦ ਸਕਦੇ ਹੋ। 1,35,000 ਮੁੱਲ ਆ। ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ, ਪੱਠ ਪੁੜੇ ਦੀ ਬਹੁਤ ਵਧੀਆ ਹੈਗੀ, ਸਾਂਵੀ ਬਲੀ ਵੀ ਪੂਰੀ ਵਧੀਆ ਹੈਗੀ, ਅਤੇ ਬਾਕੀ ਜੋ ਆਰਡਰ ਆ, ਆਰਡਰ ਵੀ ਬਹੁਤ ਚੰਗਾ ਆ, ਇਹਨੇ ਤਿਆਰੀ ਫੜੀ ਵੀ ਹੈਗੀ, ਥਾਣਾ 'ਚ ਵਿੱਥੀ ਆ ਜਿਹੜੀ, ਉਹ ਵੀ ਬਹੁਤ ਵਧੀਆ ਹੈਗੀ, ਅਤੇ ਸਿੰਗਾਂ ਸੁੰਗਾਂ ਆਨੀਆਂ ਵੀ ਐਨ ਜਮ੍ਹਾਂ ਕੋਈ ਕਮੀ ਨਹੀਂ ਹੈਗੀ ਗੀ, ਅਤੇ ਥਾਣਾ 'ਚ ਵਿੱਥੀ ਪੂਰੀ ਚੰਗੀ ਹੈਗੀ, ਥਾਣਾ ਦਾ ਸਾਈਜ਼ ਆ ਜਿਹੜਾ ਉਹ ਵੀ ਬਹੁਤ ਵਧੀਆ ਹੈਗਾ, ਅਤੇ ਪੂਰੀ ਮਤਲਬ ਕਿ ਸੋਹਣੀ ਝੋਟੀ ਹੈਗੀ, ਅਤੇ ਦੁੱਧ ਨੂੰ ਵੀ ਉਮੀਦ ਆ ਵੀ ਚੰਗੂ ਹੀ ਰਹੂਗੀ, ਅਤੇ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣੀ ਹੈਗੀ ਜਿਹਨੂੰ ਵੀ ਪਸੰਦ ਆਉਂਦੀ ਆ। ਅਤੇ ਫੋਨ ਉਹੀ ਭਰਾ ਲਾਇਓ ਅਤੇ ਜਿਹਨੂੰ ਝੋਟੀ ਪਸੰਦ ਆਉਂਦੀ ਆ, ਜਿਹਨੇ ਖਰੀਦਣੀ ਆ। ਆਰਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ, ਬਟਨ ਵੀ ਤੁਸੀਂ ਦੇਖ ਸਕਦੇ ਹੋ, ਜਿਹੜੇ ਦੋ ਬਟਨ ਜੇ ਹੁੰਦੇ ਉਹ ਵੀ ਬੈਕ ਸਾਈਡ ਤੁਹਾਨੂੰ ਜੀਂਦੇ ਹੋਣੇ ਆਗੇ, ਅਤੇ ਆਰਡਰ ਪਿੱਛੇ ਨੂੰ ਚੰਗਾ ਕੱਢੂਗੀ ਉਹ ਵੀ ਤੁਹਾਨੂੰ ਦਿਸਦਾ ਹੋਣਾ, ਅਤੇ ਮੈਂ ਇਹਦਾ ਵੀ ਚੰਗੀ ਤਿਆਰੀ ਅਤੇ ਇਹ ਪੂਰਾ ਵਧੀਆ ਆਰਡਰ ਕਰੂਗੀ। ਅਤੇ ਧੰਨਵਾਦ ਆ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਦੇ ਲਈ, ਅਤੇ ਜਿਹੜੇ ਭਰਾ ਚੈਨਲ 'ਤੇ ਨਵੇਂ ਆਏ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ। ਬਾਕੀ ਦੋਸਤੋ ਨੰਬਰ ਆ ਜਿਹੜਾ ਉਹ ਸਕਰੀਨ ਦੇ ਉੱਤੇ ਚੱਲੀ ਜਾਂਦਾ, ਅਤੇ ਬਾਈ ਤੋਂ ਆਪਾਂ ਇੱਕ ਵਾਰੀ ਬੁਲਾ ਵੀ ਦਿੰਦੇ ਹਾਂ। ਬਾਈ ਨੰਬਰ ਬੋਲ ਦੀ 98725 98725 08199 08199 98725 08199 ਠੀਕ ਆ ਬਾਈ। ਲਓ ਵੀ ਦੋਸਤੋ ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਦੇ ਨਾਲ, ਅਤੇ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ।